ਮੇਰੇ ਕੋਲ ਸ਼ਬਦ ਨਹੀਂ ਮੈਂ ਕਿਹੜੇ ਸ਼ਬਦਾਂ ਨਾਲ ਬਾਈ ਹੋਣਾ ਨੂੰ ਮੈਂ ਤੁਹਾਡੇ ਸਾਹਮਣੇ ਬੁਲਾਵਾਂ ਤੇ ਤੁਸੀਂ ਆਪ ਹੀ ਮਿਲ ਲਓ ਬਾਈ ਪਾਲ ਖਰੋੜ ਤੇ ਬਹੁਤ ਵੱਡਾ ਤੇ ਬਹੁਤ ਵਧੀਆ ਸੇਵਾ ਦਾ ਕੰਮ ਕਰਦੇ ਆ ਬਾਈ ਹੁਣੇ ਹਾਂਜੀ 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 ਤੇ ਬਾਕੀ ਪਾਲ ਬਾਈ ਹੁਣ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਬਹੁਤ ਧੰਨਵਾਦ ਜੀ ਕਿਉਂਕਿ ਬਹੁਤ ਨਾਮੀ ਸ਼ਖਸੀਅਤ ਨੇ ਵੀਰੇ ਉਹਨੇ ਜਿਹੜੇ ਸਾਡੇ ਕੋਲ ਪਹੁੰਚੇ ਨੇ ਸਾਨੂੰ ਤਾਂ ਬੜੀ ਖੁਸ਼ੀ ਹੋਈ ਤੇ ਬਹੁਤ ਧੰਨਵਾਦ ਪਹਿਲਾਂ ਦਾ ਵੀਰੇ ਮਹਾਰਾਜ ਮਿਹਰ ਪਰ ਹੱਥ ਰੱਖਣ ਤੁਸੀਂ ਸਾਰੇ ਭਰਾ ਆਏ ਹੋ ਜੀ ਤੇ ਬਾਕੀ ਤੁਸੀਂ ਦੱਸ ਦਿਓ ਅਸੀਂ ਇੱਕ ਬੋਲ ਕੇ ਦੱਸ ਦਿਓ ਹਾਂ ਵੀਰੇ ਜਿਹੜੇ ਵੀਰੇ ਬਾਈ ਹੁਣੇ ਆਪਣਾ ਲਚਕਾਣੀ ਪਿੰਡ ਆ ਬਾਈ ਹੁਣਾਂ ਦਾ ਤੇ ਜ਼ਰੂਰ ਜਿੰਨਾ ਤਿਲ ਫੁਲ ਹੋ ਸਕਦਾ ਪੈਸੇ ਬਾਈ ਹੁਣੇ ਲੈਂਦੇ ਨਹੀਂ ਤੇ ਆਪਣੇ ਕੋਲੇ ਜਿਹੜਾ ਬਾਈ ਹੁਣਾਂ ਨਾਲ ਤੁਸੀਂ ਕੰਟੈਕਟ ਕਰ ਲਿਓ ਤੇ ਜਿਹੜੇ ਸਮਾਨ ਦੀ ਜ਼ਰੂਰਤ ਆ ਉਹ ਜ਼ਰੂਰ ਮੇਰਾ ਵੀਰ ਹੈ ਨਾ ਤੇ ਸਾਰੇ ਜਣੇ ਯਾਰ ਮੇਰਾ ਭਰਾ ਬਾਈ ਹਾਂਜੀ 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 ਸੰਗਤ ਜੀ ਪਤਾ ਕੀ ਹੈ ਜਿੱਥੇ ਵੀਰੇ ਉਹਨੇ ਆਏ ਨੇ ਜੀ ਇਹ ਇੱਕ ਆਸ਼ਰਮ ਆ ਜਿੱਥੇ ਕਿ ਮੈਂਟਲੀ ਡਿਸਟਰਬ ਬੰਦਿਆਂ ਦੀ ਜਿਹੜੇ ਪਿੰਡਾਂ 'ਚੋਂ ਗੁਲਾਮੀ ਕੱਟ ਰਹੇ ਨੇ ਉੱਦਾਂ ਦੇ ਬੰਦਿਆਂ ਦੀ ਸੇਵਾ ਹੁੰਦੀ ਹੈ ਜੀ ਜਿੱਦਾਂ ਵੀਰੇ ਉਹਨੇ ਨੇ ਦੱਸਿਆ ਵੀ ਸੇਵਾ ਲਈ ਸਾਡੀ ਬੇਨਤੀ ਹੈ ਇੱਥੇ ਕਿ ਜਿਹੜੀ ਬਿਲਡਿੰਗ ਬਣਦੀ ਹੈ ਜੀ ਉਹਦੇ ਲਈ ਤੁਸੀਂ ਕੋਈ ਵੀ ਚੀਜ਼ ਭੇਜ ਸਕਦੇ ਹੋ ਮਾਇਆ ਤਾਂ ਸਾਨੂੰ ਜਿੰਨੀ ਕੁ ਲੋੜ ਹੁੰਦੀ ਅਸੀਂ ਸੰਗਤ ਤੋਂ ਲੈ ਲੈਂਦੇ ਹਾਂ ਪਰ ਕੋਈ ਰੇਤਾ ਬਜਰੀ ਸਿਮੈਂਟ ਦਵਾਈਆਂ ਰਾਸ਼ਨ ਇੱਦਾਂ ਤੁਸੀਂ ਸਾਡੀ ਮਦਦ ਕੀਤੀ ਜਾਵੇ ਜੀ ਬਾਕੀ ਅੰਦਰ ਜਿਹੜੇ ਵੀਰ ਨੇ ਇਹ ਉਹ ਨੇ ਜਿਹੜੇ ਕਿਸੇ ਟਾਈਮ ਨਰਕ ਭਰੀ ਜ਼ਿੰਦਗੀ ਕੱਟਦੇ ਸੀ ਕੋਈ ਆਪਣਾ ਮਲ ਮੂਤਰ ਖਾਣ 'ਤੇ ਮਜਬੂਰ ਸੀ ਕਿਸੇ ਨੂੰ ਪਿੰਡਾਂ ਦੇ ਵਿੱਚ ਮੱਝਾਂ ਦੇ ਬਾੜਿਆਂ ਦੇ ਵਿੱਚ ਗੁਲਾਮ ਕੀਤਾ ਗਿਆ ਸੀ ਕਿਸੇ 'ਤੇ ਕੋਈ ਪ੍ਰੋਬਲਮ ਕਿਸੇ ਦੇ ਲੱਤਾਂ 'ਚ ਪ੍ਰੋਬਲਮ ਕਿਸੇ ਨੂੰ ਪਰਿਵਾਰ ਨੇ ਸਤਾਤਾ ਕਿਸੇ ਨੂੰ ਪਰਿਵਾਰ ਨੇ 10 ਸਾਲ ਤੋਂ ਬੰਨਿਆ ਹੋਇਆ ਸੀ ਇਦਾਂ ਦੇ ਵੀਰ ਸਾਡੇ ਕੋਲ ਨੇ ਤੇ ਬਹੁਤ ਬਹੁਤ ਧੰਨਵਾਦ ਸਾਰੇ ਭੈਣ ਭਰਾਵਾਂ ਦਾ ਤੁਸੀਂ ਵੀ ਆਉਂਦੇ ਜਾਂਦੇ ਜ਼ਰੂਰ ਸਾਰੇ ਵਿਜ਼ਿਟ ਕਰਿਓ ਬਹੁਤ ਵੀਰੇ ਤੁਹਾਨੂੰ ਮੈਂ ਤੇ ਮੇਰਾ ਭਰਾ ਸਾਰੇ ਜਾਣੋ ਆਓ ਵੀਰੇ ਤੁਹਾਨੂੰ ਵੀ ਬਾਈ ਪਾਲ ਨੇ ਸੇਵਾ ਕਰਦੇ ਨੇ ਤੇ ਰਾਤ ਸੇਵਾ ਤੇ ਲੱਗੇ ਹੋਏ ਆ ਵੀਰੇ ਤੇ ਸਾਰਿਆਂ ਨੂੰ ਬੇਨਤੀ ਹੈ ਬਾਈ ਹੁਣਾਂ ਨੂੰ ਜਿੰਨਾ ਕੁ ਹੋ ਸਕਦਾ ਬਾਈ ਹੁਣਾਂ ਨੂੰ ਤੁਸੀਂ ਫੋਨ ਤੁਸੀਂ ਇਕੱਲਾ ਫੋਨ ਲਾ ਕੇ ਇੰਨੇ ਹੀ ਪੁੱਛ ਲਓ ਨਾ ਵੀ ਪਾਲ ਬਾਈ ਸੇਵਾ ਕਿਵੇਂ ਚੱਲਦੀ ਹੈ ਇੰਨੇ ਨਾਲ ਹੀ ਹੌਸਲਾ ਬਹੁਤ ਵੱਡਾ ਹੋ ਜਾਂਦਾ ਕਿਉਂਕਿ ਕਿਸੇ ਦੀਆਂ ਲੱਤਾਂ 'ਚੋਂ ਕੀੜੇ ਕੱਢਣੇ ਇਹ ਕੋਈ ਹਰ ਇੱਕ ਬੰਦਾ ਨਹੀਂ ਕੱਢ ਸਕਦਾ ਜਿਵੇਂ ਬਾਈ ਉਹਨਾਂ ਤੁਹਾਨੂੰ ਦੱਸਦੇ ਸੀਗੇ ਵੀ ਸਾਨੂੰ ਸੇਵਾ ਲਾ ਦੀ ਵਾਹਿਗੁਰੂ ਨੇ ਅਤੇ ਇਹ ਸੇਵਾ ਵਾਹਿਗੁਰੂ ਕਿਸੇ ਕਿਸੇ ਨੂੰ ਨਾ ਕਰਦੇ ਤਾਂ ਦਰਲੇ ਪੁਰਤੀ ਜਾਣਦੇ ਆ ਜਿਹੜੇ ਮੈਂ ਹੁਣ ਕੀ ਬੋਲਦਾ ਅਤੇ ਮੇਰਾ ਭਰਾ ਸਾਰੇ ਜਾਣੇ ਪਾਲ ਬਾਈ ਹਾਂ ਇੱਥੇ ਇੱਥੋਂ ਸਟਾਰਟ ਹੋਇਆ ਵੀਰ ਉਹਨਾਂ ਦਾ ਕੰਮ ਪਾਲ ਬਾਈ ਹੋਣਾ ਇੱਥੋਂ ਸਟਾਰਟ ਕੀਤਾ ਸੀ ਬਾਈ ਅਤੇ ਇੱਕ ਮਾਤਾ ਜੀ ਸੀਗੇ ਇਹਨਾਂ ਦੇ ਸਿਰ 'ਚ ਕੀੜੇ ਪਏ ਹੋਏ ਸੀ ਬਾਈ ਹੋਰ ਉਹਨਾਂ ਨੂੰ ਲੈ ਕੇ ਆਏ ਸੀ ਫਿਰ ਸੇਵਾ ਵੱਧਦੀ ਗਈ ਵੱਧਦੀ ਗਈ ਅਤੇ ਅੱਜ ਮਤਲਬ ਬਹੁਤ ਵੱਡਾ ਆਸ਼ਰਮ ਬਣ ਜਾ ਰਿਹਾ ਇੱਥੇ ਤੁਹਾਡੇ ਸਾਰੇ ਸੰਗਤ ਦੇ ਪਿਆਰ ਨਾਲ ਅਤੇ ਬਾਈ ਉਹਨਾਂ ਦਾ ਬਹੁਤ ਵਧੀਆ ਪਾਲ ਆ ਅਤੇ ਵਾਹਿਗੁਰੂ ਕਿਰਪਾ ਰੱਖਣ ਅਤੇ ਬਾਈ ਉਹਨਾਂ ਦੀ ਬਹੁਤ ਲੰਮੀ ਉਮਰ ਹੋਵੇ ਅਤੇ ਆਪਣਾ ਵੀ ਫਰਜ਼ ਬਣਦਾ ਵੀ ਪਾਲ ਬਾਈ ਉਹਨਾਂ ਨਾਲ ਆਪਾਂ ਜਿਵੇਂ ਵੀ ਜੁੜੀਏ ਚਾਹੇ ਵਧੀਆ ਸੰਗਤ ਜਾਣਦੀ ਹੈ ਨੱਕ ਤੇ ਕੀ ਛੁਪਾਇਆ ਜੀ ਇਹ ਹੈਗਾ ਬਾਈ ਕੁਝ ਇਹ ਟੈਟੂ ਬਣਵਾਇਆ ਮੈਂ ਬਾਈ ਠੀਕ ਹੈ ਤੇਰੇ ਬਣਾ ਦਈਏ ਸੋਨੀ ਵੀਰੇ ਉਹ ਤੇਰੇ ਬਣਾ ਦਈਏ ਬਾਈ ਨਾ ਫਿਰ ਕ੍ਰਿਕਟ ਦਾ ਮੈਚ ਲਾਈਏ ਆਪਾਂ ਲਾਵਾਂਗੇ ਠੀਕ ਹੈ ਜਦੋਂ ਅਗਲੀ ਵਾਰੀ ਆਈ ਉਦੋਂ ਲਾਵਾਂਗੇ ਚੰਗਾ ਸਵੇਰੇ ਹੀ ਆ ਜਾਇਓ ਠੀਕ ਹੈ 7-8 ਵਜੇ ਮੈਨੂੰ ਫੋਨ ਆਇਆ ਕਹਿੰਦਾ ਯਾਰ ਅਸੀਂ ਲਚਕਾਣੀ ਜਾਣਾ ਮੈਂ ਕਿਹਾ ਯਾਰ ਉੱਥੇ ਮੇਰਾ ਵੀ ਮਨ ਆ ਤੇ ਕਹਿੰਦਾ ਯਾਰ ਆਪਾਂ ਕੱਪੜੇ ਦੇ ਕੇ ਆਉਣੇ ਆ ਮੈਂ ਕਿਹਾ ਯਾਰ ਮੈਂ ਲਿਆਉਣਾ ਕੱਪੜੇ ਵੀ ਆਪਾਂ ਚੱਲਦੇ ਆ ਕੁਦਰਤੀ ਸਬੱਬ ਬਣ ਗਿਆ ਬਾਈ ਤੁਹਾਨੂੰ ਮਿਲਲੇ ਨਹੀਂ ਜੇ ਤੁਸੀਂ ਕਿਤੇ ਬਾਹਰ ਹੁੰਦੇ ਤਾਂ ਇੱਥੇ ਬਾ ਸੇਵਾ ਇਹਨਾਂ ਨੂੰ ਮਿਲ ਕੇ ਸੰਗਤਾਂ ਨੂੰ ਮਿਲ ਕੇ ਚੱਲ ਜਾਣਾ ਸੀ ਜੀ ਜੀ ਬਿਲਕੁਲ ਜੀ ਥੈਂਕ ਯੂ ਵਾਹਿਗੁਰੂ ਨੇ ਸਾਰਾ ਕੁਝ ਵਧੀਆ ਕੀਤਾ ਅੱਜ